ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਮੈਲ ਯੂਐਸਏ ਟੀਵੀ ਮੈਂ ਸੰਜੀਵ ਯਸ਼ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਮੁੱਦਾ ਦੇ ਵਿੱਚ ਸਿਆਸਤ ਕਹਿੰਦੀ ਹੈ ਕਿ ਦੋ ਤਰ੍ਹਾਂ ਦੇ ਦੇਸ਼ ਹੁੰਦੇ ਨੇ ਇੱਕ ਹੁੰਦੇ ਨੇ ਮਜ਼ਬੂਤ ਦੇਸ਼ ਵੱਡੇ ਦੇਸ਼ ਇੱਕ ਹੁੰਦੇ ਨੇ ਕਮਜ਼ੋਰ ਦੇਸ਼ ਛੋਟੇ ਦੇਸ਼ ਤਾਂ ਜਿਹੜੇ ਮਜ਼ਬੂਤ ਦੇਸ਼ ਨੇ ਵੱਡੇ ਦੇਸ਼ ਨੇ ਉਹਨਾਂ ਦੀ ਜ਼ਿੰਮੇਵਾਰੀ ਵੀ ਵੱਡੀ ਬਣ ਜਾਂਦੀ ਹੈ ਬਾਕੀਆਂ ਦੀ ਰੱਖਿਆ ਕਰਨ ਵਾਸਤੇ ਤੇ ਜਿਹੜੇ ਛੋਟੇ ਦੇਸ਼ ਨੇ ਉਹਨਾਂ ਨੂੰ ਕੂਟਨੀਤੀ ਦਾ ਇਸਤੇਮਾਲ ਕਰਨਾ ਚਾਹੀਦਾ ਕਿਉਂਕਿ ਵੱਡੇ ਦੇਸ਼ ਬਹੁਤ ਗਿਣਤੀ ਵਿੱਚ ਹੋ ਸਕਦੇ ਨੇ ਸਭ ਦੇ ਨਾਲ ਸੰਬੰਧ ਕਿਵੇਂ ਬਣਾ ਕੇ ਰੱਖਣੇ ਨੇ ਇੱਕ ਕੂਟਨੀਤੀ ਦੱਸੇਗੀ ਕਿਉਂਕਿ ਤੁਸੀਂ ਇੱਕ ਪਾਸੇ ਨਹੀਂ ਜਾ ਸਕਦੇ ਜੇ ਇੱਕ ਪਾਸੇ ਜਾਓਗੇ ਤਾਂ ਦੂਜੇ ਪਾਸੇ ਦੁਸ਼ਮਣੀ ਪੈ ਸਕਦੀ ਹੈ ਇਸ ਕਰਕੇ ਜੋ ਛੋਟੇ ਦੇਸ਼ ਨੇ ਕਮਜ਼ੋਰ ਦੇਸ਼ ਨੇ ਉਹਨਾਂ ਨੂੰ ਖਾਸ ਤੌਰ ਤੇ ਧਿਆਨ ਰੱਖਣਾ ਪਏਗਾ ਸਭ ਦੇ ਵੱਲ ਬਣਾ ਕੇ ਦੋਸਤੀ ਦਾ ਹੱਥ ਵਧਾ ਕੇ ਰੱਖਣਾ ਪਏਗਾ ਸੋ ਇਹੀ ਕੁਝ ਅਸੀਂ ਦੇਖ ਰਹੇ ਹਾਂ ਕਿ ਇਸ ਵਕਤ ਯੂਕਰੇਨ ਦੇ ਉੱਤੇ ਇੱਕ ਛੋਟੇ ਦੇਸ਼ ਦੇ ਉੱਤੇ ਇੱਕ ਵੱਡੇ ਦੇਸ਼ ਰੂਸ ਨੇ ਚੜ੍ਹਾਈ ਕਰ ਦਿੱਤੀ ਹੈ ਤੇ 24 ਫਰਵਰੀ ਨੂੰ ਸ਼ੁਰੂ ਹੋ ਗਈ ਸੀ ਫੌਜੀ ਕਾਰਵਾਈ ਤੇ ਅੱਜ 5 ਦਿਨ ਹੋ ਚੁੱਕੇ ਨੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੱਕ ਪਾਸੇ ਦੇਸ਼ ਕਹਿ ਰਹੇ ਨੇ ਕਿ ਇਹ ਮਿਲਟਰੀ ਅਟੈਕ ਹੈ ਪਰ ਰੂਸ ਕਹਿ ਰਿਹਾ ਕਿ ਨਹੀਂ ਇਹ ਮਿਲਟਰੀ ਆਪਰੇਸ਼ਨ ਹੈ ਦੋਵਾਂ ਦੇ ਕਹਿਣ ਦੇ ਵਿੱਚ ਫਰਕ ਤਾਂ ਪੈ ਰਿਹਾ ਹੈ ਪਰ ਭੁਗਤ ਕੌਣ ਰਹੇ ਨੇ ਆਮ ਨਾਗਰਿਕ ਆਮ ਲੋਕ ਉਹਨਾਂ ਦੇ ਵਿਪਤਾ ਬਣੀ ਹੋਈ ਹੈ ਜਾਨਾ ਜਾ ਰਹੀਆਂ ਨੇ ਬੰਬਾਰੀ ਹੋ ਰਹੀ ਹੈ ਬੱਚੇ ਸਹਿਮੇ ਹੋਏ ਡਰੇ ਹੋਏ ਸੋਚੋ ਉਹਨਾਂ ਦਾ ਬਚਪਨ ਕੀ ਹੈ ਜਿੱਨਾਂ ਦੀ ਸ਼ੁਰੂਆਤ ਹੀ ਜੰਗ ਤੋਂ ਹੋਈ ਬਜ਼ੁਰਗ ਸਹਿਮੇ ਹੋਏ ਡਰੇ ਹੋਏ ਸਾਰੇ ਨਾਗਰਿਕ ਸਹਿਮੇ ਹੋਏ ਡਰੇ ਹੋਏ ਆਮ ਲੋਕਾਂ ਦੀ ਜਾਨ ਜਾ ਰਹੀ ਹੈ ਪਰ ਹਮਲੇ ਚੱਲ ਰਹੇ ਨੇ ਔਰ ਇਸ ਵਕਤ ਇਹ ਵੀ ਖਤਰਾ ਬਣਿਆ ਹੋਇਆ ਹੈ ਕਿ ਕਿਤੇ ਇਹ ਪਰਮਾਣੂ ਯੁੱਧ ਦਾ ਰੂਪ ਨਾ ਲੈ ਲਵੇ ਕਿਉਂਕਿ ਤੀਸਰੇ ਵਿਸ਼ਵ ਯੁੱਧ ਦੀ ਤੇ ਪਹਿਲਾਂ ਹੀ ਗੱਲ ਹੋ ਚੁੱਕੀ ਹੈ ਤੇ ਜਿਹੜਾ মিডিਆ ਹੈ ਉਹ ਵੀ ਸਨਸਨੀ ਫੈਲਾਣ ਦੇ ਵਿੱਚ ਸਭ ਤੋਂ ਅੱਗੇ ਤੀਸਰਾ ਵਿਸ਼ਵ ਯੁੱਧ ਹੋ ਸਕਦਾ ਹੈ ਕਿਉਂ ਇਹੋ ਜਿਹੀਆਂ ਗੱਲਾਂ ਕਰਨੀਆਂ ਅਮਨ ਦੀ ਗੱਲ ਕਰੋ ਸ਼ਾਂਤੀ ਦੀ ਗੱਲ ਕਰੋ ਕਿਉਂਕਿ ਦੁਨੀਆ ਨੂੰ ਲੜਾਈ ਨਹੀਂ ਚਾਹੀਦੀ ਯੁੱਧ ਨਹੀਂ ਚਾਹੀਦੇ ਅਮਨ ਸ਼ਾਂਤੀ ਚਾਹੀਦੀ ਹੈ ਇਸ ਵਕਤ ਹਥਿਆਰ ਵੀ ਇੰਨੇ ਜ਼ਬਰਦਸਤ ਇੰਨੇ ਖਤਰਨਾਕ ਬਣ ਚੁੱਕੇ ਨੇ ਕਿ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਇਸ ਕਰਕੇ ਸਭ ਦੀ ਜਾਨ ਇਸ ਵਕਤ ਬਚਾਉਣੀ ਜ਼ਰੂਰੀ ਹੈ ਜੇ ਅਸੀਂ ਦੇਖਦੇ ਆ ਕਿ ਸਾਡੇ ਭਾਰਤ ਦੇ ਵਿਦਿਆਰਥੀ ਉੱਥੇ ਫਸੇ ਹੋਏ ਨੇ ਸਾਡੇ ਭਾਰਤ ਦੇ ਵਿਦਿਆਰਥੀਆਂ ਨੂੰ ਉੱਥੋਂ ਕੱਢਣ ਵਾਸਤੇ ਬੇਸ਼ੱਕ ਬਹੁਤ ਜ਼ਿਆਦਾ ਮਿਹਨਤ ਹੋ ਰਹੀ ਹੈ ਸਾਡੇ ਕੇਂਦਰ ਸਰਕਾਰ ਵੱਲੋਂ ਵੀ ਮੀਟਿੰਗ ਤੇ ਮੀਟਿੰਗ ਬੁਲਾਈ ਜਾ ਰਹੀ ਹੈ ਸੱਦੀ ਜਾ ਰਹੀ ਹੈ ਤੇ ਹੁਣ ਇੱਕ ਮਤਾ ਪਾਸ ਹੋਇਆ ਹੈ ਜਿਸ ਤਹਿਤ ਸਾਡੇ ਭਾਰਤ ਤੋਂ ਕੁਝ ਸੈਂਟਰ ਦੇ ਮਨਿਸਟਰ ਜਾਣਗੇ ਉਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਜਾ ਕੇ ਉਹ ਇਹ ਸਾਰੀ ਕਾਰਗੁਜ਼ਾਰੀ ਆਪਣੀ ਕਰ ਸਕਣ ਕਿ ਉੱਥੋਂ ਆਪਣੇ ਭਾਰਤ ਦੇ ਲੋਕਾਂ ਨੂੰ ਵਿਦਿਆਰਥੀਆਂ ਨੂੰ ਕਿਵੇਂ ਕੱਢ ਕੇ ਲਿਆਇਆ ਜਾਏ ਤੇ ਜਦੋਂ ਮਨਿਸਟਰਸ ਜਾਣਗੇ ਤਾਂ ਵਾਕਈ ਉਹਨਾਂ ਦੇਸ਼ਾਂ ਦੀ ਕਮੈਂਟਸ ਦੇ ਉੱਤੇ ਵੀ ਅਸਰ ਪਏਗਾ ਪ੍ਰਭਾਵ ਪਏਗਾ ਕਿ ਮਿਨਿਸਟਰਸ ਆ ਰਹੇ ਨੇ ਸੈਂਟਰ ਗਵਰਨਮੈਂਟ ਵੱਲੋਂ ਭਾਰਤ ਸਰਕਾਰ ਵੱਲੋਂ ਨਾਲ ਦੀ ਨਾਲ ਪੰਜਾਬ ਗਵਰਨਮੈਂਟ ਨੇ ਵੀ ਮੀਟਿੰਗਸ ਕੀਤੀਆਂ ਨੇ ਤੇ ਉਹਨਾਂ ਨੇ ਵੀ ਨੰਬਰ ਜਾਰੀ ਕੀਤੇ ਨੇ ਜੋ ਹੈਲਪ ਲਾਈਨ ਵਾਸਤੇ ਨੇ ਕਿਸੇ ਤਰ੍ਹਾਂ ਦੀ ਸਹਾਇਤਾ ਚਾਹੀਦੀ ਹੋਵੇ ਜਿੰਨੀ ਵੀ ਅਸੀਂ ਇੱਥੇ ਬੈਠ ਕੇ ਮੁਹੱਈਆ ਕਰਵਾ ਸਕਦੇ ਹਾਂ ਜ਼ਰੂਰ ਕਰਵਾਵਾਂਗੇ ਤੇ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਜੋ ਵਿਦਿਆਰਥੀ ਉੱਥੇ ਫਸੇ ਹੋਏ ਨੇ ਬੰਕਰਾਂ ਦੇ ਵਿੱਚ ਲੁਕਦੇ ਪਏ ਨੇ ਜਿੱਥੇ ਥਾਂ ਮਿਲੇ ਉੱਥੇ ਲੁਕਦੇ ਪਏ ਨੇ ਰੇਲਵੇ ਸਟੇਸ਼ਨਸ ਦੇ ਉੱਤੇ ਉਹ ਆਪਣੀਆਂ ਰਾਤਾਂ কাটਦੇ ਪਏ ਨੇ ਭੁੱਖੇ ਪਾਣੇ ਇਸ ਵਕਤ ਉੱਤੇ ਤਾਪਮਾਨ ਵੀ 1 ਡਿਗਰੀ ਤੋਂ 2 ਡਿਗਰੀ ਤੱਕ ਹੈ ਤਾਂ ਬਿਲਕੁਲ ਖੁੱਲੇ ਦੇ ਵਿੱਚ ਇੰਨੀ ਜ਼ਿਆਦਾ ਸਰਦੀ ਔਰ ਉਹ ਵੀ ਭੁੱਖੇ ਪਾਣੇ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਨਹੀਂ ਉਹਨਾਂ ਦੀ ਜਾਨ ਦੇ ਉੱਤੇ ਬਣੀ ਹੋਈ ਹੈ ਨਾਲ ਬੰਬਾਰੀ ਹੋ ਰਹੀ ਹੈ ਸੋ ਇਹ ਸਾਰੇ ਖਤਰੇ ਦੇਖਦੇ ਹੋਏ ਬਹੁਤ ਹੀ ਸੰਜੀਦਾ ਬਹੁਤ ਹੀ ਸੈਂਸਿਟਿਵ ਹਾਲਾਤ ਬਣੇ ਹੋਏ ਨੇ ਬਲਾਰੂਸ ਦੇ ਵਿੱਚ ਕਹਿੰਦੇ ਨੇ ਕਿ ਹੁਣ ਮੀਟਿੰਗ ਹੋਏਗੀ ਦੋਵਾਂ ਦੇਸ਼ਾਂ ਦੇ ਜੋ ਪ੍ਰਤੀਨਿਧੀ ਨੇ ਉੱਥੇ ਪਹੁੰਚ ਚੁੱਕੇ ਨੇ ਪਹਿਲਾਂ ਬਲਾਰੂਸ ਦੇ ਵਿੱਚ ਮੀਟਿੰਗ ਵੱਲੋਂ ਯੂਕਰੇਨ ਨੇ ਆਣਾ ਕਾਨੇ ਕੀਤੀ ਕਿਉਂਕਿ ਰਸ਼ੀਆ ਨੇ ਬਲਾਰੂਸ ਦੀ ਧਰਤੀ ਹੀ ਚੁਣੀ ਜਿਸ ਥਰੂ ਉਸਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਇਸ ਕਰਕੇ ਉੱਥੇ ਨਹੀਂ ਜਾਣਾ ਚਾਹੁੰਦੇ ਸੀ ਯੂਕਰੇਨ ਦੇ ਪ੍ਰਤੀਨਿਧੀ ਪਰ ਹੁਣ ਹਾਲਾਤ ਐਸੇ ਨੇ ਕਿ ਬਾਕੀ ਦੇਸ਼ ਵੀ ਵਿੱਚ ਪਹਰੇ ਨੇ ਤੇ ਉੱਥੇ ਪਹੁੰਚੇ ਨੇ ਪ੍ਰਤੀਨਿਧੀ ਦੇਖੋ ਉਸ ਮੀਟਿੰਗ ਦਾ ਕੀ ਨਤੀਜਾ ਨਿਕਲਦਿਆ ਕਿ ਸ਼ਾਇਦ ਅੱਜ ਇਹ ਯੁੱਧ ਬੰਦ ਹੋ ਜਾਵੇ 5ਵੇਂ ਦਿਨ ਇਹ ਯੁੱਧ ਬੰਦ ਹੋ ਜਾਵੇ ਅਸੀਂ ਦੇਖਦੇ ਹਾਂ ਕਿ NATO ਕੰਟਰੀਜ਼ ਦਾ ਹਿੱਸਾ ਨਹੀਂ ਬਣਿਆ ਯੂਕਰੇਨ ਤੇ ਰਸ਼ੀਆ ਨਹੀਂ ਚਾਹੁੰਦਾ ਕਿ NATO ਕੰਟਰੀਜ਼ ਦੇ ਵਿੱਚ ਯੂਕਰੇਨ ਸ਼ਾਮਿਲ ਹੋਵੇ ਕਿਉਂਕਿ ਇਸ ਨਾਤੇ ਤੇ ਅਮਰੀਕਾ ਤੇ ਬਾਕੀ ਦੀਆਂ NATO ਕੰਟਰੀਜ਼ ਦੀ ਜਿਹੜੀ ਪਾਵਰ ਹੈ ਬਿਲਕੁਲ ਬਾਰਡਰ ਤੇ ਆ ਜਾਏਗੀ ਰਸ਼ੀਆ ਦੇ ਔਰ ਉਸ ਨੂੰ ਇਨਸੈਕਿਉਰਿਟੀ ਫੀਲ ਹੁੰਦੀ ਹੈ ਇਸ ਚੀਜ਼ ਤੋਂ ਔਰ ਵਾਕਈ ਹੀ ਇਨਸੈਕਿਉਰਿਟੀ ਹੋ ਵੀ ਸਕਦੀ ਹੈ ਕਿਉਂਕਿ ਇਹ ਪੁਰਾਤਨ ਇਤਿਹਾਸ ਨੇ ਕੋਈ ਅਜੇਹੀਆਂ ਗੱਲਾਂ ਨਹੀਂ ਕਿ ਜਿਹੜੀਆਂ ਅੱਜ ਸ਼ੁਰੂ ਹੋਈਆਂ ਨੇ ਬਹੁਤ ਪਹਿਲਾਂ ਅਮਰੀਕਾ ਤੇ ਚੀਨ ਦੀ ਆਪਸ ਦੇ ਵਿੱਚ ਦੋਸਤੀ ਸੀ ਉਸ ਵਕਤ ਅਮਰੀਕਾ ਨੇ ਇਸ ਦੋਸਤੀ ਨੂੰ ਇਸਤੇਮਾਲ ਕਰਨਾ ਸ਼ੁਰੂ ਕੀਤਾ ਕਮਜ਼ੋਰ ਕਰਨ ਵਾਸਤੇ ਰਸ਼ੀਆ ਨੂੰ ਅੱਜ ਰਸ਼ੀਆ ਤੇ ਚੀਨ ਦੀ ਦੋਸਤੀ ਹੈ ਅੱਜ ਰਸ਼ੀਆ ਉਸ ਚੀਜ਼ ਨੂੰ ਇਸਤੇਮਾਲ ਕਰ ਰਿਹਾ ਹੈ ਇਹ ਸਾਰੀਆਂ ਪਾਵਰਸ ਦੇ ਨਾਲ ਲੜਨ ਵਾਸਤੇ ਕਿਉਂਕਿ ਪਿਛਲੇ 20 ਸਾਲਾਂ ਤੋਂ ਰਸ਼ੀਆ ਤੇ ਚਾਇਨਾ ਇੱਕ ਵੱਡੀ ਇਕਨੋਮਿਕ ਪਾਵਰ ਬਣ ਕੇ ਦੁਨੀਆ ਦੇ ਸਾਹਮਣੇ ਆਏ ਨੇ ਇੱਕ ਵੱਡੀ ਮਿਲਟਰੀ ਪਾਵਰ ਬਣ ਕੇ ਦੁਨੀਆ ਦੇ ਸਾਹਮਣੇ ਆਏ ਨੇ ਤਾਂ ਇਸ ਵਕਤ ਦੋਵਾਂ ਦਾ ਸਾਥ ਹੈ ਬਾਕੀ ਕੰਟਰੀਜ਼ ਵੀ ਨਾਲ ਸਾਥ ਦੇ ਰਹੀਆਂ ਨੇ ਇਹ ਲੱਗ ਰਿਹਾ ਕਿ ਕਿਤੇ ਦੋ ਗਰੁੱਪਸ ਨਾ ਬਣ ਜਾਣ ਪੂਰੀ ਦੁਨੀਆ ਦੇ ਤਾਂ ਫਿਰ ਹੋਰ ਵੀ ਖਤਰਾ ਪੈਦਾ ਹੋ ਸਕਦਾ ਹੈ ਹਾਲਾਂਕਿ ਭਾਰਤ ਨਿਊਟਰਲ ਹੈ ਭਾਰਤ ਨੇ ਕਿਸੇ ਭਲੇ ਵੀ ਕਿਸੇ ਪੱਖ ਦੇ ਵਿੱਚ ਕੋਈ voting ਨਹੀਂ ਕੀਤੀ ਕਿਉਂਕਿ ਉਹ ਕਿਸੇ ਪੱਖ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਪਰ ਹਾਂ ਸ਼ਾਂਤੀ ਦੀ ਸਥਾਪਨਾ ਕਰਨ ਵਾਸਤੇ ਗੱਲਬਾਤ ਜ਼ਰੂਰ ਕਰ ਰਿਹਾ ਹੈ ਤੇ ਕਈ ਕੰਟਰੀਜ਼ ਨੇ ਜੋ ਇਸ ਵਕਤ ਯੂਕਰੇਨ ਦੀ ਮਦਦ ਵਾਸਤੇ ਅੱਗੇ ਆ ਗਈਆਂ ਨੇ ਹਥਿਆਰ ਵੀ ਦਿੱਤਾ ਜਾ ਰਿਹਾ ਹੈ ਪੈਸਾ ਤੇਲਾ ਵੀ ਦਿੱਤਾ ਜਾ ਰਿਹਾ ਹੈ ਪਰ ਇਹ ਚੀਜ਼ਾਂ ਜਿਹੜੀਆਂ ਨੇ ਤੇ ਹੈ ਜ਼ਰੂਰੀ ਹੋ ਜਾਂਦੀਆਂ ਨੇ ਕਿ ਸਿਹਤ ਤੱਕ ਪਰ ਦੇ ਨਤੀਜੇ ਹੋਰ ਵੀ ਖਤਰਨਾਕ ਹੋ ਸਕਦੇ ਨੇ ਨਾਲੇ ਇਹ ਵੀ ਨਿਊਜ਼ ਆ ਰਹੀ ਹੈ ਕਿ ਯੂਕਰੇਨ ਨੇ ਆਪਣੇ ਨਾਗਰਿਕਾਂ ਨੂੰ ਹਥਿਆਰ ਦੇ ਦਿੱਤੇ ਨੇ ਕਿ ਇਸ ਮੌਕੇ ਦੇ ਉੱਤੇ ਉਹਨਾਂ ਦਾ ਇਹ ਫਰਜ਼ ਬਣਦਾ ਕਿ ਆਪਣੇ ਦੇਸ਼ ਦੇ ਲਈ ਮਰ ਮਿਟਣ ਕਿਉਂਕਿ ਅਸੀਂ ਦੇਖਦੇ ਹਾਂ ਕਿ ਜਿੱਥੇ ਬਹੁਤ ਜ਼ਿਆਦਾ ਪ੍ਰੈਸ਼ਰ ਬਣ ਰਿਹਾ ਹੈ ਯੂਕਰੇਨ ਦੇ ਉੱਤੇ ਰਸ਼ੀਆ ਪ੍ਰੈਸ਼ਰ ਬਣਾ ਰਿਹਾ ਹੈ ਨਾਲ ਦੀ ਨਾਲ ਯੂਕਰੇਨ ਦਾ ਰਾਸ਼ਟਰਵਾਦ ਵੀ ਉੱਭਰ ਕੇ ਸਾਹਮਣੇ ਆ ਰਿਹਾ ਲੋਕ ਇਕੱਠੇ ਹੋ ਰਹੇ ਨੇ ਤੇ ਗਵਰਨਮੈਂਟ ਉਹਨਾਂ ਨੂੰ ਅਪੀਲ ਕਰ ਰਹੀ ਹੈ ਕਿ ਤੁਸੀਂ ਹਥਿਆਰ ਚੁੱਕੋ ਤੇ ਆਪਣੇ ਦੇਸ਼ ਦੀ ਰਾਖੀ ਕਰੋ ਯੂਕਰੇਨ ਦੀ ਰਾਜਧਾਨੀ ਕੀਵ ਦੇ ਵਿੱਚ ਰੂਸ ਦੇ ਸੈਨਿਕਾਂ ਦਾ ਬਹੁਤ ਵੱਡਾ ਜਮਾਵੜਾ ਹੋ ਚੁੱਕਾ ਹੈ ਇਸ ਕਰਕੇ ਕੀਵ ਦੇ ਵਿੱਚ ਰਹਿਣ ਵਾਲੇ ਜੋ ਯੂਕਰੇਨ ਦੇ ਲੋਕ ਨੇ ਉਹਨਾਂ ਦਾ ਜੀਵਨ ਬਹੁਤ ਜ਼ਿਆਦਾ ਡਿਸਟਰਬਡ ਹੋ ਚੁੱਕਾ ਹੈ ਅਸੀਂ ਦੇਖਦੇ ਹਾਂ ਛੋਟੀਆਂ-ਮੋਟੀਆਂ ਲੁੱਟਖੋਹ ਦੀਆਂ ਘਟਨਾਵਾਂ ਵੀ ਹੋਣੀਆਂ ਸ਼ੁਰੂ ਹੋ ਗਈਆਂ ਨੇ ਤੇ ਜਿਹੜੇ ਹਥਿਆਰ ਦਿੱਤੇ ਨੇ ਯੂਕਰੇਨ ਦੀ ਗਵਰਨਮੈਂਟ ਨੇ ਉੱਥੋਂ ਦੇ ਨਾਗਰਿਕਾਂ ਨੂੰ ਉਹ ਕਈ ਗਲਤ ਲੋਕਾਂ ਕੋਲ ਵੀ ਚਲੇ ਗਏ ਨੇ ਜੋ ਐਂਟੀ-ਸੋਸ਼ਲ 엘ਿਮੈਂਟਸ ਨੇ ਉਹਨਾਂ ਨੇ ਉਹਨਾਂ ਹਥਿਆਰਾਂ ਦਾ ਇਸਤੇਮਾਲ ਲੁੱਟਾਂ ਖੋਹਾਂ ਉਸਤੇ ਕਰਨਾ ਸ਼ੁਰੂ ਕਰ ਦਿੱਤਾ ਹੈ ਸੋ ਇਹ ਵੀ ਨਿਊਜ਼ ਸਾਡੇ ਤੱਕ ਪਹੁੰਚ ਰਹੀ ਹੈ ਨਾਲ ਇਸ ਤਰ੍ਹਾਂ ਦੀਆਂ ਖਬਰਾਂ ਵੀ ਮਿਲ ਰਹੀਆਂ ਨੇ ਕਿ ਜਿੰਨਾ ਮਰਜ਼ੀ ਪ੍ਰੈਸ਼ਰ ਅਸੀਂ ਪਾਈ ਜਾ ਰਹੇ ਹਾਂ ਇੰਨਾ سارے ਪਲੇਟਫਾਰਮਸ ਦੇ ذریعے ਵੱਖ-ਵੱਖ ਕੰਟਰੀਜ਼ ਦੇ ਉੱਤੇ ਕਿ ਇਹ ਸਭ ਨਹੀਂ ਹੋਣਾ ਚਾਹੀਦਾ ਇਹ ਸਭ ਨਹੀਂ ਹੋਣਾ ਚਾਹੀਦਾ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਵੱਡੀਆਂ ਤਾਕਤਾਂ ਨੇ ਆਪਣੀ ਤਾਕਤ ਦੇ ਨਸ਼ੇ ਦੇ ਵਿੱਚ ਚੂਰ ਆਪਣੀ ਮਰਜ਼ੀ ਕਰ ਰਹੀਆਂ ਨੇ ਔਰ ਇਹ ਵੀ ਧਿਆਨ ਨਹੀਂ ਦੇ ਰਹੀਆਂ ਕਿ ਉਹਨਾਂ ਦੀ ਇਹ ਸਾਰੀ ਕਾਰਵਾਈ ਦਾ ਅੰਤ ਕੀ ਹੋਏਗਾ ਨਤੀਜਾ ਕੀ ਨਿਕਲੇਗਾ ਸੋ ਅਮਰੀਕਾ ਸਾਰੇ ਨਾਟਕ ਕੰਟਰੀਜ਼ ਨੂੰ ਇਕੱਠਾ ਕਰ ਰਿਹਾ ਕਿਉਂਕਿ ਬਹੁਤ ਪੁਰਾਣੀ ਗੱਲ ਇਹ ਸਾਹਮਣੇ ਆ ਰਹੀ ਸੀ ਕਿ ਅਸੀਂ ਰਸ਼ੀਆ ਨੂੰ ਖੁੱਲਾ ਨਹੀਂ ਛੱਡ ਸਕਦੇ ਸਾਨੂੰ ਰਸ਼ੀਆ ਦੇ ਉੱਤੇ ਕਬਜ਼ਾ ਰੱਖਣਾ ਚਾਹੀਦਾ ਹੈ ਸਾਨੂੰ ਰਸ਼ੀਆ ਦੇ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ ਕਿਉਂਕਿ ਬਹੁਤ ਵੱਡੀ ਤਾਕਤ ਸੀ ਜਦੋਂ 1992 ਦੇ ਵਿੱਚ ਇਹ ਸਾਰੀਆਂ ਡਿਸਟਰਬੈਂਸਸ ਸ਼ੁਰੂ ਹੋਈਆਂ ਉਸ ਤੋਂ ਬਾਅਦ ਰਸ਼ੀਆ ਦਾ ਟੁੱਟਣਾ ਸਾਹਮਣੇ ਆਇਆ ਤੋ ਅਸਤੋ ਬਾਅਦ ਹੀ ਇਹ ਸਾਰੀਆਂ ਗਤੀਵਧੀਆਂ ਸ਼ੁਰੂ ਹੋ ਗਈਆਂ ਕਿ ਰਸ਼ੀਆ ਨੂੰ ਕਾਬੂ ਕਿਵੇਂ ਰੱਖਿਆ ਜਾਏ ਤਾਂ ਰਸ਼ੀਆ ਇਸ ਤੋਂ ਨਾਲ ਇਹ ਸਾਰੀਆਂ ਚੀਜ਼ਾਂ ਦੇਖਦਾ ਹੋਇਆ ਆਪਣੇ ਆਪ ਨੂੰ ਇਨਸਿਕਿਉਰ ਫੀਲ ਕਰਦਾ ਰਿਹਾ ਤੇ ਨਾਲ ਉਹ ਆਪਣੀ ਸਾਰੀ ਤਿਆਰੀ ਵੀ ਕਰਦਾ ਰਿਹਾ ਕਿਤੇ ਨਾ ਕਿਤੇ ਇਹ ਫਿਰ ਤੋਂ ਉਹੀ ਸ਼ੀਤ ਯੁੱਧ ਦੇ ਲੱਛਣ ਪੈਦਾ ਹੋ ਚੁੱਕੇ ਨੇ ਜੋ ਪੂਰੀ ਦੁਨੀਆ ਨੂੰ ਪਤਾ ਨਹੀਂ ਕਿਹੜੇ جنگਵਲ ਲੈ ਕੇ ਜਾ ਸਕਦਾ ਹੈ ਇਸ ਕਰਕੇ ਇੱਕ ਪਾਸੇ ਅਮਰੀਕਾ ਆਪਣੀ ਪਾਵਰ ਦਿਖਾ ਰਿਹਾ ਆਪਣੇ ਸਾਰੇ ਦੇਸ਼ਾਂ ਨੂੰ ਲੈ ਕੇ ਕਿਉਂਕਿ ਐਸੀ ਸਾਈਕੋਲੋਜੀ ਬਣਾ ਰਿਹਾ ਪੂਰੀ ਦੁਨੀਆ ਦੇ ਅੰਦਰ ਕਿ ਰਸ਼ੀਆ ਗਲਤ ਹੈ ਪਰ ਇੱਕ taraf ਜੋ ਰਸ਼ੀਆ ਹੈ ਉਹ ਆਪਣੀ ਪਾਵਰ ਵਧਾ ਰਿਹਾ ਉਹ ਇਹ ਦੱਸਣਾ ਚਾਹੁੰਦਾ ਹੈ ਕਿ ਜੋ ਮੈਂ ਸਟੈਪ ਲੀਤਾ ਹੈ ਇਹ ਆਪਣੀ ਸੇਫਟੀ ਵਾਸਤੇ ਲੀਤਾ ਹੈ ਇਹ ਮਿਲਟਰੀ ਆਪਰੇਸ਼ਨ ਹੈ ਮਿਲਟਰੀ ਅਟੈਕ ਨਹੀਂ ਹੈ ਤਾਂ ਦੋਵੇਂ ਤਰ੍ਹਾਂ ਆਪਸ ਦੇ ਵਿੱਚ ਇਸ ਤਰ੍ਹਾਂ ਦੀ ਕਸ਼ਮਕਸ਼ ਦੇ ਵਿੱਚ ਲੱਗੀਆਂ ਹੋਈਆਂ ਨੇ ਮਾਹਿਰਾਂ ਦਾ ਮੰਨਣਾ ਇਹ ਹੈ ਕਿ ਇਟ ਇਜ਼ ਅ ਬੈਟਲ ਆਫ ਮਾਈਂਡਸ ਸਾਈਕੋਲੋਜੀ ਦੀ ਇਹ ਸਾਰੀ ਬੋਰ ਹੈ ਕਿ ਕਿਸ ਤਰ੍ਹਾਂ ਸਾਰਾ ਨੈਰੇਟਿਵ ਸੈੱਟ ਹੁੰਦਾ ਹੈ ਤਾਂ ਇਹ ਸਾਰੇ ਹਾਲਾਤ ਨੇ ਇਹਨਾਂ ਦੇ ਪਿੱਛੇ ਬਹੁਤ سارے ਅਜਿਹੇ ਕਾਰਨ ਨੇ ਜਿੰਨਾ ਵਾਸਤੇ ਅਸੀਂ ਸਾਰੇ ਇਹਨਾਂ ਨੂੰ ਜਾਣੂ ਹੋਣ ਤੋਂ ਬਾਅਦ ਹੀ ਆਪਣਾ ਕੋਈ ਕਦਮ ਲੈ ਸਕਦੇ ਆ ਭਾਵੇਂ ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਜੋ ਆਮ ਪਬਲਿਕ ਹੈ ਪੂਰੀ ਦੁਨੀਆ ਦੀ ਇੱਕ ਤਰ੍ਹਾਂ ਦੀ ਮੁਹਿੰਮ ਚਲਾਈਏ ਕਿ ਸ਼ਾਂਤੀ ਵਾਸਤੇ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਕਾਇਮ ਹੋਣੀ ਚਾਹੀਦੀ ਹੈ ਔਰ ਯੂਐਸਏ ਆਪਣੀਆਂ ਵੈਸਟਰਨ ਪਾਵਰਸ ਦੇ ਨਾਲ ਇਹ ਸਾਰੀ ਗੇਮ ਖੇਡ ਰਿਹਾ ਹੈ ਉਸ ਦੇ ਅਨੁਸਾਰ ਜਿਹੜੇ ਦੋ ਖੇਤਰ ਨੇ ਵਿਵਾਦ ਹੈ ਜਿੱਥੇ ਲੋਹਾਂਸਕ ਤੇ ਡੋਂਟੇਸਕ ਉਹਦੇ ਉੱਤੇ ਕਬਜ਼ਾ ਕਰਨ ਤੋਂ ਬਾਅਦ ਪਲਟਾਉਣਾ ਚਾਹੁੰਦਾ ਹੈ ਸਰਕਾਰ ਨੂੰ ਯੂਕਰੇਨ ਦੀ ਨੂੰ ਤੇ ਆਪਣੀ ਮਰਜ਼ੀ ਦੀ ਸਰਕਾਰ ਸਥਾਪਿਤ ਕਰਨਾ ਚਾਹੁੰਦਾ ਹੈ ਕਿ ਜਦੋਂ ਤੱਕ ਉਹ ਸਰਕਾਰ ਉੱਥੇ ਆਪਣੀ ਮਰਜ਼ੀ ਦੀ ਸਥਾਪਿਤ ਨਹੀਂ ਕਰ ਲੈਂਦਾ ਉਦੋਂ ਤੱਕ ਉਹ ਵਾਪਸ ਨਹੀਂ ਬੁਲਾਏਗਾ ਆਪਣੀਆਂ ਸੈਨਾਵਾਂ ਨੂੰ ਉੱਥੋਂ ਇਹ ਯੂਐਸਏ ਤੇ ਉਹਨਾਂ ਦੇ ਜਿਹੜੇ ਅਲਾਈਐਂਸਿਸ ਨੇ ਉਹਨਾਂ ਦਾ ਕਹਿਣਾ ਹੈ ਰਸ਼ੀਆ ਆਪਣੀ ਮਜਬੂਰੀ ਦੱਸਦਾ ਪਿਆ ਉਹ ਕਹਿੰਦਾ ਹੈ ਕਿ ਮੈਂ ਮਜਬੂਰ ਹਾਂ ਕਿਉਂਕਿ ਨਾਟੋ ਆਪਣਾ ਬਹੁਤ ਜ਼ਿਆਦਾ ਪ੍ਰਭਾਵ ਦਿਖਾ ਰਿਹਾ ਹੈ ਕਿਉਂਕਿ ਜਿਹੜਾ ਸਾਰਾ ਸੰਗਠਨ ਹੈ ਇਹ ਫੌਜੀ ਗਤੀਵਿਧੀਆਂ ਵਾਸਤੇ ਦੇਸ਼ਾਂ ਦਾ ਇਸ ਦੇ ਪ੍ਰਭਾਵ ਦੇ ਕਾਰਨ ਮੈਂ ਆਪਣੀ ਸੇਫਟੀ ਵਾਸਤੇ ਇੱਕ ਕਦਮ ਚੁੱਕ ਰਿਹਾ ਹਾਂ ਹਾਲਾਂਕਿ ਨਾਟੋ ਕੰਟਰੀਜ਼ ਵੱਲੋਂ ਯੂਕਰੇਨ ਨੂੰ ਕੋਈ ਐਸੀ ਵੱਡੀ ਸਹਾਇਤਾ ਨਹੀਂ ਮਿਲੀ ਪਰ ਫਿਰ ਵੀ ਸਹਾਇਤਾ ਮਿਲ ਰਹੀ ਹੈ ਅਸੀਂ ਦੇਖਦੇ ਹਾਂ ਕਿ ਕੁਝ ਨਿਊਜ਼ ਸਾਡੇ ਸਾਹਮਣੇ ਆ ਰਹੀਆਂ ਨੇ ਜਿਦੇ ਵਿੱਚ ਇਹ ਚੀਜ਼ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ مالی ਸਹਾਇਤਾ ਵੀ ਮਿਲ ਰਹੀ ਹੈ ਵਿੱਤੀ ਸਹਾਇਤਾ ਵੀ ਮਿਲ ਰਹੀ ਹੈ ਤੇ ਨਾਲ-ਨਾਲ ਹਥਿਆਰਾਂ ਦੀ ਸਹਾਇਤਾ ਵੀ ਮਿਲ ਰਹੀ ਹੈ ਤੇ ਆਪਣੇ ਨਾਗਰਿਕਾਂ ਨੂੰ ਹਥਿਆਰ ਦੇਣ ਦੀ ਘਟਨਾ ਤਾਂ ਸਾਹਮਣੇ ਆਈ ਹੈ ਨਾਲੇ ਇਹ ਵੀ ਹੈ ਕਿ ਯੂਐਨਏ ਦੇ ਵਿੱਚ ਸਿੱਖ ਲਈ ਜਿਹੜੀ ਅਦਾਲਤ ਹੈ ਯੂਐਨਡੀ ਉਹਦੇ ਵਿੱਚ ਜਾ ਕੇ ਯੂਕਰੇਨ ਨੇ ਕੇਸ ਵੀ ਦਾਇਰ ਕੀਤਾ ਹੈ ਕਿ ਯੂਐਨਏ ਦੇ ਵਿੱਚ ਦਖਲ ਦੇਵੇ ਯੂਐਨਏ ਦੇ ਵਿੱਚ ਦਖਲ ਦੇ ਕੇ ਇਸ ਲੜਾਈ ਨੂੰ ਸਟਾਪ ਕਰਵਾਵੇ ਤੇ ਨਾਲੇ ਇਹਦੇ ਵਿੱਚ ਇੱਕ ਇਹ ਵੀ ਹੈ ਕਿ ਇੱਕ ਜਿਹਨੂੰ ਆਪਾਂ ਕਹਿੰਦੇ ਹਾਂ ਰੇਸਿਜ਼ਮ रेसइजम दी ਗੱਲ ਵੀ ਆ ਰਹੀ ਹੈ ਕਿ ਸਾਨੂੰ ਇੱਕ ਛੋਟੇ ਦਰਜੇ ਦੇ ਨਾਗਰਿਕ ਸਮਝਿਆ ਜਾਂਦਾ ਹੈ ਰਸ਼ੀਆ ਵੱਲੋਂ ਇਸ ਦੇ ਖਿਲਾਫ ਵੀ ਗੱਲ ਹੋ ਰਹੀ ਹੈ ਕਿਉਂਕਿ ਪੁਰਾਣੇ ਸਮੇਂ ਤੋਂ ਹੀ ਅਸੀਂ ਦੇਖਦੇ ਹਾਂ ਕਿ ਰਸ਼ੀਆ ਦਾ ਪ੍ਰਭਾਵ ਰਿਹਾ ਹੈ ਯੂਕਰੇਨ ਦੇ ਉੱਤੇ ਯੂਕਰੇਨ ਦੀ ਪਛਾਣ ਦੇ ਉੱਤੇ ਯੂਕਰੇਨ ਦੇ ਕਲਚਰ ਦੇ ਉੱਤੇ ਉਸ ਨੂੰ ਖਤਮ ਕਰਨ ਦੇ ਉੱਤੇ ਤਾਂ ਕਿ ਉਹ ਸਾਰੇ ਰੂਸੀ ਰੰਗ ਵਿੱਚ ਰੰਗੇ ਜਾਣ ਤੇ ਅਸੀਂ ਦੇਖਦੇ ਹਾਂ ਕਿ ਯੂਕਰੇਨ ਦੇ ਕਈ ਸ਼ਹਿਰਾਂ ਦੇ ਨਾਂ ਵੀ ਬਦਲ ਕੇ ਰਸ਼ੀਆ ਦੀ ਤਰਜ਼ ਤੇ ਰੱਖ ਦਿੱਤੇ ਗਏ ਇਸੇ ਕਰਕੇ ਅਜ ਯੂਕਰੇਨ ਦੀ ਭਾਸ਼ਾ ਦੀ بجائے ਬਹੁਤ ਵੱਡੇ ਇਲਾਕੇ ਦੇ ਵਿੱਚ ਯੂਕਰੇਨ ਦੇ ਵਿੱਚ ਰੂਸੀ ਭਾਸ਼ਾ ਬੋਲੀ ਜਾਂਦੀ ਹੈ ਉਸ ਦੇ ਸੱਭਿਆਚਾਰ ਨੂੰ ਅਪਣਾਇਆ ਜਾਂਦਾ ਹੈ ਜਦੋਂ ਜ਼ਾਰ ਸੀਗੇ ਰੂਸ ਦੇ ਉੱਤੇ ਰਾਜ ਕਰਦੇ ਸੀ ਤਾਂ ਉਹਨਾਂ ਦੇ ਵੇਲੇ ਬਹੁਤ ਜ਼ਿਆਦਾ ਜ਼ੁਲਮ ਵੀ ਟਾਏ ਗਏ ਨੇ ਯੂਕਰੇਨ ਦੇ ਉੱਤੇ ਇਹ ਇਤਿਹਾਸ ਕਹਿੰਦਾ ਹੈ ਤੇ ਇੱਕ ਰਾਜਨੀਤੀ ਦੀ ਇਹ ਵੀ ਚਾਲ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ਦੂਸਰੇ ਦੇਸ਼ ਨੂੰ ਜਿੱਤਣਾ ਚਾਹੁੰਦੇ ਹੋ ਤਾਂ ਉੱਥੋਂ ਦਾ ਸੱਭਿਆਚਾਰ ਤੇ ਉੱਥੋਂ ਦੀ ਬੋਲੀ ਨੂੰ ਖਤਮ ਕਰ ਦਿਓ ਉਹ ਜਣਾਂ ਤੋਂ ਖਤਮ ਹੋ ਜਾਣਗੇ ਫਿਰ ਤੁਹਾਨੂੰ ਉਹਨਾਂ ਨੂੰ ਆਪਣੇ ਰੰਗ ਵਿੱਚ ਰੰਗਣਾ ਕੋਈ ਮੁਸ਼ਕਲ ਨਹੀਂ ਹੋਏਗਾ ਕਿਉਂਕਿ ਉਹਨਾਂ ਦੇ ਮਨ ਹਾਰ ਚੁੱਕੇ ਹੋਣਗੇ ਜਦੋਂ ਮਨ ਹਾਰ ਗਏ ਤਾਂ ਫਿਰ ਉਹ ਬੰਦਾ ਆਪਣੇ ਆਪ ਤੁਹਾਡੀ ਸੋਚ ਨੂੰ ਤੁਹਾਡੇ ਸੱਭਿਆਚਾਰ ਨੂੰ ਸਵੀਕਾਰ ਕਰ ਲੈਂਦਾ ਹੈ ਤੁਹਾਡਾ ਬਾਸ਼ਿੰਦਾ ਬਣ ਜਾਂਦਾ ਹੈ ਇਹ ਸਭ ਚੀਜ਼ਾਂ ਚੱਲਦੀਆਂ ਰਹੀਆਂ ਨੇ ਤਾਂ ਫਲਾਈਟਸ ਵੀ ਇੰਡੀਆ ਦੀ ਧਰਤੀ ਤੋਂ ਜਾ ਰਹੀਆਂ ਨੇ ਜੋ ਉੱਥੇ ਫਸੇ ਹੋਏ ਨਾਗਰਿਕਾਂ ਨੂੰ ਵਾਪਸ ਲੈ ਕੇ ਆਉਣਾ ਚਾਹੁੰਦੇ ਨੇ ਤੇ ਨਾਲ ਦੇ ਨਾਲ ਵਾਰ ਜ਼ੋਨ ਹਰਨ ਕਰਕੇ ਫਲਾਈਟਸ ਦਾ ਜਾਣਾ ਵੀ ਸੰਭਵ ਨਹੀਂ ਹੈ ਹਰ ਤਰ੍ਹਾਂ ਦੀ ਕੋਸ਼ਿਸ਼ ਚੱਲਦੀ ਪਈ ਹੈ ਤੇ ਇਕਨੋਮਿਕ ਕਈ ਬੈਨਸ ਲਗਾ ਦਿੱਤੇ ਨੇ ਦੇਸ਼ਾਂ ਨੇ ਯੂਰਪ ਨੇ ਕੈਨੇਡਾ ਨੇ ਵੱਡਾ ਚਟਕਾ ਦਿੱਤਾ ਹੈ ਕਿ ਅਸੀਂ ਤੁਹਾਡੇ 에ਰੋਪਲੇਨਸ ਨੂੰ ਆਪਣੇ ਹਵਾਈ ਖੇਤਰਾਂ 'ਚੋਂ ਨਹੀਂ ਲੰਘਣ ਦਵਾਂਗੇ ਨਾਲ ਇਹ ਵੀ ਉਹਨਾਂ ਨੂੰ ਚਟਕਾ ਦਿੱਤਾ ਗਿਆ ਕਿ ਤੁਹਾਡੇ ਉੱਤੇ ਕਈ ਇਕਨੋਮਿਕ ਬੈਨਸ ਲਗਾਏ ਜਾਣਗੇ ਟਰਕੀ ਵੀ ਸਾਹਮਣੇ ਆ ਗਿਆ ਹੈ ਕਿ ਜਿੱਥੋਂ ਰਸ਼ੀਆ ਦੇ ਬਲੈਕ ਸੀ ਜੋ ਕਾਲਾ ਸਮੁੰਦਰ ਹੈ ਉੱਥੋਂ ਜਿਹੜੇ ਉਹਦੇ ਸ਼ਿਪਸ ਨਿਕਲਦੇ ਨੇ ਉੱਥੋਂ ਨਹੀਂ ਨਿਕਲਣ ਦਿੱਤੇ ਜਾਣਗੇ ਸਾਰੇ ਵਪਾਰ ਦੇ ਉੱਤੇ ਵੀ ਬਹੁਤ ਜ਼ਿਆਦਾ ਚਟਕੇ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕੁੱਲ ਮੁਲਾਕਾਤ ਦੀ ਸਥਿਤੀ ਇਹ ਬਣੀ ਹੋਈ ਹੈ ਕਿ ਇਸ ਵਕਤ ਰਸ਼ੀਆ ਆਪਣਾ ਪ੍ਰੈਸ਼ਰ ਬਣਾ ਰਿਹਾ ਔਰ ਯੂ ایس ਇਹ ਆਪਣਾ ਪ੍ਰੈਸ਼ਰ ਬਣਾ ਰਿਹਾ ਤੇ ਵਿੱਚ ਆਮ ਜਨਤਾ ਬਿਲਕੁਲ ਪਿਸ ਰਹੀ ਹੈ ਉਹਨਾਂ ਦੀਆਂ ਜਾਨਾਂ ਜਾ ਰਹੀਆਂ ਨੇ ਤੇ ਰੂਸ ਵਾਸਤੇ ਇੱਕ ਨਵੀਂ ਚੁਣੌਤੀ ਵੀ ਖੜੀ ਹੋ ਗਈ ਹੈ ਕਿ ਜਦੋਂ ਵਾਰ ਰੁਕ ਜਾਂਦੀ ਹੈ ਉਸ ਤੋਂ ਬਾਅਦ ਜਿਹੜੇ ਇੰਨੇ ਸਾਰੇ ਬੈਨਸ ਲਗਾਏ ਗਏ ਨੇ ਇਹਨਾਂ ਦਾ ਕੀ ਬਣੇਗਾ ਤਾਂ ਨਾਲ ਮਾਹਿਰ ਇਹ ਵੀ ਮੰਨਦੇ ਨੇ ਕਿ ਇੱਕ ਵਧਣਾ ਕੀ ਹੈ ਵਪਾਰ ਹੈ ਪੈਸਾ ਹੈ ਤੇ ਸੱਤਾ ਦੀ ਸਾਰੀ ਖੇਡ ਹੈ ਤੇ ਫਿਰ ਤੋਂ ਬੈਂਸ ਚੁੱਕ ਲਿੱਤੇ ਜਾਣਗੇ ਫਿਰ ਉਹ ਇਹ ਗੇਮ ਸ਼ੁਰੂ ਹੋ ਜਾਏਗੀ ਪਰ ਜਿਹੜੀ ਜਾਨ ਚਲੀ ਗਈ ਆਮ ਲੋਕਾਂ ਦੀ ਆਮ ਨਾਗਰਿਕਾਂ ਦੀ ਉਸ ਦੇ ਪਰ ਭਾਈ ਕੌਣ ਕਰੇਗਾ ਤਾਂ ਇਹ ਹਮੇਸ਼ਾ ਸਿਚੁਏਸ਼ਨ ਬਣਦੀ ਹੈ ਕਿ ਜਿਹੜੀ ਦੁਰਵਰਤੋਂ ਹੁੰਦੀ ਹੈ ਮਿਸ ਯੂਜ਼ ਹੁੰਦਾ ਪਾਵਰਸ ਦਾ ਉਸ ਦੇ ਨਾਲ ਆਮ ਜਨਤਾ ਨੂੰ ਕੀ ਕੁਝ ਭੁਗਤਣਾ ਪੈਂਦਾ ਸੋ ਅਸੀਂ ਗੱਲ ਕੀਤੀ ਹੈ ਸਨ 1992 ਦੀ ਸਨ 1992 ਦੇ ਵਿੱਚ ਰਸ਼ੀਆ ਟੁੱਟਦਾ ਹੈ ਤੇ ਉਹਦੇ ਪਿੱਛੇ ਯੂਐਸਐਨਯੂ ਵੀ ਇੱਕ ਕਾਰਨ ਮੰਨਿਆ ਜਾਂਦਾ ਹੈ ਕਿ ਉਹਦੇ ਜਿਹੜੇ ਅਲਾਈਅੰਸਸ ਨੇ ਉਹਨਾਂ ਨੇ ਮਿਲ ਕੇ ਕੁਝ ਇਸ ਤਰ੍ਹਾਂ ਦਾ ਸਾਰਾ ਵਾਤਾਵਰਣ ਤਿਆਰ ਕੀਤਾ ਤਾਂ ਉਸ ਤੋਂ ਬਾਅਦ ਰਸ਼ੀਆ ਨਾਲ ਠੀਕ ਉਹੀ ਸਲੂਕ ਹੋਣ ਲੱਗ ਪਿਆ ਜੋ ਸੈਕੰਡ ਵਰਲਡ ਵਾਰ ਤੋਂ ਬਾਅਦ ਜਰਮਨੀ ਨਾਲ ਸਲੂਕ ਕੀਤਾ ਗਿਆ ਸੀ ਜਿਹੜੀਆਂ ਜੇਤੂ ਕੰਟਰੀਸ ਸੀਗੀਆਂ ਵਿਨਰਸ ਸੀਗੇ ਉਹਨਾਂ ਨੇ ਜਿਸ ਤਰ੍ਹਾਂ ਦਾ ਸਲੂਕ ਕੀਤਾ ਸੀ ਜਰਮਨੀ ਨਾਲ ਠੀਕ ਉਸੇ ਤਰ੍ਹਾਂ ਦਾ ਸਲੂਕ ਹੋਣ ਲੱਗ ਪਿਆ ਸੀ ਰਸ਼ੀਆ ਦੇ ਨਾਲ ਤਾਂ ਰਸ਼ੀਆ ਨੂੰ ਕਿਤੇ ਨਾ ਕਿਤੇ ਇਹ ਮਹਿਸੂਸ ਹੋਣ ਲੱਗ ਪਿਆ ਕਿ ਹੁਣ ਸ਼ਾਇਦ ਮੇਰੀ ਉਹ ਸਾਖ ਨਹੀਂ ਰਹਿ ਗਈ ਹੁਣ ਸ਼ਾਇਦ ਮੇਰੀ ਉਹ ਇੱਜ਼ਤ ਨਹੀਂ ਰਹਿ ਗਈ ਤਾਂ ਇਸ ਕਰਕੇ ਇਹ ਵੀ ਕਾਰਨ ਮੰਨਿਆ ਜਾਂਦਾ ਕਿ ਉਸਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਹਾਲਾਂਕਿ ਕਹਿੰਦੇ ਨੇ ਕਿ ਇਹ ਬਹੁਤ ਪੁਰਾਣੀ ਗੱਲ ਹੈ ਜਦੋਂ ਤੋਂ ਇਹ ਸਾਰੇ ਬੀਜ ਬੀਜਣੇ ਸ਼ੁਰੂ ਹੋ ਗਈ ਸੀ ਜਦੋਂ ਦਾ ਨਾਟੋ ਕੰਟਰੀਜ਼ ਦਾ ਪ੍ਰਭਾਵ ਵਧਣਾ ਸ਼ੁਰੂ ਹੋਇਆ ਸੀ ਤੇ ਬਾਰ ਬਾਰ ਰਸ਼ੀਆ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਤੁਸੀਂ ਯੂਕਰੇਨ ਨੂੰ ਕਿਹਾ ਗਿਆ ਕਿ ਤੁਸੀਂ ਨਾ ਬਣੋ ਨਾਟੋ ਦਾ ਹਿੱਸਾ ਖੈਰ ਇਹ ਸਾਰੀਆਂ ਗੱਲਾਂ ਹੁਣ ਪੀਤ ਚੁੱਕੀਆਂ ਨੇ ਅੱਜ ਇਸ ਸਥਿਤੀ ਦੇ ਪਿਛੋਕੜ ਵੱਲ ਜੇ ਅਸੀਂ ਜਾਈਏ ਜਦੋਂ ਰਸ਼ੀਆ ਨਾਲ ਬੁਰਾ ਸਲੂਕ ਅਸੀਂ ਉਹਨੂੰ ਬੁਰਾ ਸਲੂਕ ਹੀ ਕਹਾਂਗੇ ਜੋ ਉਹਦੀ ਪਹਿਲਾਂ ਬਾਵਰ ਸੀ ਜਦੋਂ ਉਹ ਯੂਨਾਈਟਿਡ ਸੀ ਪਰ ਜੋ ਟੁੱਟਣ ਤੋਂ ਬਾਅਦ ਉਹ ਨਾਲ ਉਸ ਸਲੂਕ ਨਹੀਂ ਹੋਇਆ ਉਹਦੇ ਨਾਲ ਉਹ ਇੱਜ਼ਤਦਾਰੀ ਦਾ ਸਲੂਕ ਨਹੀਂ ਹੋਇਆ ਜਿਸ ਤਰ੍ਹਾਂ ਦੀ ਉਹ ਡਿਮਾਂਡ ਕਰਦਾ ਰਿਹਾ ਹੈ ਜਿਸ ਤਰ੍ਹਾਂ ਦਾ ਉਹ ਚਾਹੁੰਦਾ ਰਿਹਾ ਪਰ ਜਦੋਂ ਉਹ ਚੀਜ਼ਾਂ ਨਹੀਂ ਮਿਲੀਆਂ ਤਾਂ ਇਹ ਦਿਖਣ ਨੂੰ ਸਾਹਮਣੇ ਆਇਆ ਕਿ ਯੂ ایس اے ਤੇ ਉਹਦੇ ਨਾਲ ਜਿਹੜੇ ਕਾਰਪੋਰੇਟਸ ਨੇ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਇਹ ਲੱਗਾ ਕਿ ਜਿਹੜਾ ਰੂਸ ਦੇ ਨਾਲ ਸਾਰਾ ਇਲਾਕਾ ਲੱਗਦਾ ਜਿੱਤੇ ਨੇਚਰਲ ਰਿਸੋਰਸਸ ਬਹੁਤ ਜ਼ਿਆਦਾ ਨੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਉੱਤੇ ਨੇਚਰਲ ਗੈਸ ਆਇਲ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਤਾਂ ਉਸ ਸਾਰੇ ਨੇਚਰਲ ਰਿਸੋਰਸਸ ਨੂੰ ਅਸੀਂ ਆਪਣੇ ਵਾਸਤੇ ਕਿਵੇਂ ਇਸਤੇਮਾਲ ਕਰੀਏ ਤਾਂ ਉਹ ਉਸ ਦੇ ਵਿੱਚ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ ਨਹੀਂ ਇਹ ਸਾਰੀਆਂ ਗੱਲਾਂ ਇਹਦੇ ਪਿੱਛੇ ਨੇ ਕਿ ਜੇ ਅਸੀਂ ਅਰਬ ਕੰਟਰੀਜ਼ ਦੇ ਅੰਦਰ ਵੀ ਦੇਖੀਏ ਉੱਥੇ ਵੀ ਨੈਚੁਰਲ ਪੈਟਰੋਲੀਅਮ ਦੀ ਸਾਰੀ ਗੱਲਬਾਤ ਮਿਲੇਗੀ ਵਿੱਚੋਂ ਇਹ ਨਿਕਲੇਗਾ ਜੇ ਅਸੀਂ ਅਰਬ ਕੰਟਰੀਜ਼ ਦੀਆਂ ਵਾਰਸ ਵੀ ਦੇਖੀਏ ਜਾਂ ਵਾਰਸ ਦਾ ਪਿਛੋਕੜ ਵੀ ਦੇਖੀਏ ਵੀਅਤਨਾਮ ਦੇ ਵਿੱਚ ਵੀ ਵਾਰਸ ਨੂੰ ਦੇਖੀਏ ਇਹ ਸਾਰੀਆਂ ਵਾਰਸ ਦੇ ਵਿੱਚੋਂ ਨਿਕਲਦਾ ਇਹ ਹੀ ਹੈ ਕਿ ਕਿਤਨਾ ਕਿਤੇ ਇਹ ਨੈਚੁਰਲ ਰਿਸੋਰਸਸ ਦੀ ਗੱਲ ਹੁੰਦੀ ਹੈ ਇਹ ਕਿਤਨਾ ਕਿਤੇ ਬਿਜ਼ਨਸ ਨਾਲ ਜੁੜੀ ਹੋਈ ਗੱਲ ਹੁੰਦੀ ਹੈ ਕਿ ਜਿਹੜੀ ਕਾਰਪੋਰੇਸ਼ਨਸ ਨੇ ਉਹ ਕਹਿੰਦੀਆਂ ਨੇ ਕਿ ਅਸੀਂ ਇਹਨਾਂ ਨੈਚੁਰਲ ਰਿਸੋਰਸਸ ਨੂੰ ਕੈਪਚਰ ਕਰਕੇ ਆਪਣੀ ਮਰਜ਼ੀ ਦੇ ਮੁਤਾਬਿਕ ਇਸਤੇਮਾਲ ਕਰੀਏ ਤੇ ਕਾਫੀ ਹੱਦ ਤੱਕ ਸਫਲ ਵੀ ਹੁੰਦੀਆਂ ਨੇ ਪਰ ਜਦੋਂ ਪਾਣੀ ਸਿਰ ਤੋਂ ਉੱਤੇ ਹੋਣ ਲੱਗ ਪਵੇ ਤਾਂ ਕੋਈ ਵੀ ਦੇਸ਼ ਆਪਣੇ ਬਚਾਅ ਵਾਸਤੇ ਇਹ ਸਟੈਪ ਲੈਂਦਾ ਹੈ ਇਹ ਵੀ ਕਰਨਾ ਮਾਹਿਰ ਮੰਦੇ ਨੇ ਤਾਂ ਸਥਿਤੀ ਇਹ ਬਣੀ ਹੋਈ ਹੈ ਕਿ ਸਥਿਤੀ ਇਸ ਵਕਤ ਬਹੁਤ ਸੈਂਸਿਟਿਵ ਹੈ ਬਲਾਰੂਸ ਦੇ ਵਿੱਚ ਮੀਟਿੰਗ ਦਾ ਕੀ ਨਤੀਜਾ ਨਿਕਲਦਾ ਹੈ ਉਦੇ ਉੱਤੇ ਡਿਪੈਂਡ ਕਰੇਗਾ ਇਹ ਲੜਾਈ ਅੱਗੋ ਕੀ ਮੋੜ ਲੈਂਦੀ ਹੈ ਜਾਂ ਫਿਰ ਸੀਜ਼ ਫਾਇਰ ਹੋ ਜਾਂਦੀ ਹੈ ਪਰ ਗੱਲ ਜੋ ਅਸੀਂ ਸਾਰੀ ਕਰ ਰਹੇ ਹਾਂ ਆਮ ਨਾਗਰਿਕ ਆਮ ਲੋਕ ਚਿੰਨ ਦਾ ਕੋਈ ਕਸੂਰ ਨਹੀਂ ਹੁੰਦਾ ਇਹ ਸਿਆਸਤ ਉਹਨਾਂ ਨੂੰ ਆਪਣੇ ਮੁਤਾਬਿਕ ਵਰਤਦੀ ਹੈ ਤੇ ਸਿਆਸਤ ਦੇ ਸਾਹਮਣੇ ਪਤਾ ਨਹੀਂ ਆਮ ਲੋਕਾਂ ਦੀ ਜਾਨ ਦੀ ਕੋਈ ਕੀਮਤ ਹੁੰਦੀ ਵੀ ਹੈ ਕਿ ਨਹੀਂ ਹੁੰਦੀ ਅਸੀਂ ਆਮ ਲੋਕ ਹੀ ਆਪਣਾ ਦਰਦ ਸਮਝ ਸਕਦੇ ਹਾਂ ਪਰ ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਜੋ ਵੱਡੇ ਵੱਡੇ ਸਿਆਸੀ ਆਗੂ ਵੱਡੇ ਵੱਡੇ ਅਹੁਦਿਆਂ ਤੇ ਬੈਠਦੇ ਨੇ ਦੁਨੀਆ ਦੀ ਰਾਜਨੀਤੀ ਦੇ ਵਿੱਚ ਉਹ ਵੀ ਆਮ ਲੋਕਾਂ ਤੋਂ ਹੀ ਸਫਰ ਕਰਦੇ ਹੋਏ ਆਮ ਜਨਤਾ ਤੋਂ ਹੀ ਸਫਰ ਕਰਦੇ ਹੋਏ ਉਸ ਉਹਦੇ ਤੇ ਪਹੁੰਚਦੇ ਨੇ ਤੇ ਉੱਥੇ ਜਾ ਕੇ ਉਹ ਕੀ ਕਰਦੇ ਨੇ ਸਿਆਸਤ ਦੇ ਵਿੱਚ ਸਿਆਸਤ ਦੇ ਸੱਤਾ ਦੇ ਗਲਿਆਰਿਆਂ ਦੇ ਵਿੱਚ ਜਾ ਕੇ ਉਹ ਕਿਹੜੀ ਪਾਵਰ ਹੈ ਜਿਹੜੀ ਉਹਨਾਂ ਨੂੰ ਇਦਾਂ ਦੇ ਕਦਮ ਲੈਣ ਵਾਸਤੇ ਮਜਬੂਰ ਕਰਦੀ ਹੈ ਜੋ ਲੋਕਾਂ ਦੇ ਹਿੱਤ ਵਿੱਚ ਨਹੀਂ ਹੁੰਦੇ ਜੋ ਦੇਸ਼ ਦੇ ਹਿੱਤ ਵਿੱਚ ਨਹੀਂ ਹੁੰਦੇ ਅਸੀਂ ਅਰਦਾਸ ਕਰ ਸਕਦੇ ਹਾਂ ਕਿ ਸਾਰੀ ਧਰਤੀ ਦੇ ਉੱਤੇ ਸ਼ਾਂਤੀ ਹੋਵੇ ਸਾਰਿਆਂ ਦੀ ਜਾਨ ਸੁਰੱਖਿਅਤ ਹੋਵੇ ਸਭ ਆਪਣੇ ਪਰਿਵਾਰਾਂ ਦੇ ਵਿੱਚ ਸੁਰੱਖਿਅਤ ਰਹਿਣ ਆਪਣੇ ਕੰਮ ਧੰਦੇ ਕਰਨ ਤੇ ਸਭ ਦਾ ਜੀਵਨ ਸੁਖਾਵਾਂਾ ਹੋਵੇ ਸਾਨੂੰ ਖੁਸ਼ੀ ਹੈ ਕਿ ਤੁਸੀਂ ਮੁੱਦਾ ਪ੍ਰੋਗਰਾਮ ਦਾ ਹਿੱਸਾ ਬਣੇ ਹੋਰ ਅਪਡੇਟਸ ਦੇ ਲਈ ਵਿਖਦੇ ਰਹੋ ਪੰਜਾਬ ਮੇਲ ਯੂਐਸਏ ਟੀਵੀ